ਸਾਡੇ ਉੱਤੇ ਨੂਨ ਨਹੀਂ ਸੜਕਦੇ, ਸਾਡੇ ਜ਼ਖਮਾਂ ਦੇ ਉੱਤੇ ਹੋਰ ਕੀ ਕਰਦੇ ਨੇ। ਮੈਂ ਪੁਲਿਸ ਨੂੰ ਕਹਿਣਾ ਚਾਹੁੰਦਾ, ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ, ਆ ਹੁਣ ਜਦੋਂ ਸਾਡੇ ਉੱਤੇ ਇਹਨਾਂ ਨੇ ਪਰਚੇ ਕਰਨੇ ਹੁੰਦੇ ਨੇ ਝੂਠੇ ਜਾਲੀ, ਉਦੋਂ ਤਾਂ ਬੜਾ ਸਾਨੂੰ ਖਿੱਚ ਖਿੱਚ ਕੇ ਲੈਂਦੇ ਨੇ, ਸਾਡੇ ਪਰਿਵਾਰਾਂ ਨੂੰ ਵੀ ਚੱਕਿਆ ਜਾਂਦਾ ਹੈ, ਸਾਡੀਆਂ ਧੀਆਂ ਭੈਣਾਂ ਦੀ ਵੀ ਬੇਇੱਜ਼ਤੀ ਕੀਤੀ ਜਾਂਦੀ ਹੈ, ਕੁੱਟਮਾਰ ਕੀਤੀ ਜਾਂਦੀ ਹੈ, ਰਿਸ਼ਤੇਦਾਰ ਵੀ ਫੜੇ ਜਾਂਦੇ ਨੇ। ਫਿਰ ਆਹ ਸੰਦੀਪ ਬਰੇਟਿਆਂ ਵਰਗਿਆਂ ਦੇ ਜਿਹੜੇ ਨੇ ਗੁਰੂ ਸਾਹਿਬ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਸਾਜ਼ਿਸ਼ ਕਰਦਾ ਨੇ, ਪਰ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਪਰਿਵਾਰਾਂ ਨੂੰ ਕਦੋਂ ਚੱਕੂਗਾ? ਇਹ ਸਾਨੂੰ ਜਵਾਬ ਦੇਵੇ ਪੰਜਾਬ ਸਰਕਾਰ, ਪੁਲਿਸ ਜਵਾਬ ਦੇਵੇ। ਜਿਸ ਦਿਨ ਇੱਥੇ ਮੇਰੇ ਉੱਤੇ ਦਬਾਅ ਪਾਇਆ ਗਿਆ ਸੀ ਵੀ ਤੁਸੀਂ ਇੱਥੋਂ ਮੋਰਚੇ 'ਚੋਂ ਚਲੇ ਜਾਓ, ਉਦੋਂ ਮੇਰੇ ਪਰਿਵਾਰ ਨੂੰ ਚੱਕਿਆ ਗਿਆ। ਮੇਰੀ 75 ਸਾਲ ਦੀ ਮਾਤਾ, ਉਹਦੇ ਵੱਟ ਮਾਰੇ ਗਏ, ਥੱਪੜ ਮਾਰੇ ਗਏ। ਭਤੀਜੀ 8 ਸਾਲ ਦੀ, ਉਹਦੇ ਥੱਪੜ ਮਾਰੇ ਗਏ। ਤੇ ਹੁਣ ਉਹਨਾਂ ਵੇਲੇ ਕੀ ਤੁਹਾਨੂੰ ਸੱਪ ਸੁੰਘ ਗਿਆ? ਸੰਦੀਪ ਬਰੇਟਿਆਂ ਵਰਗਿਆਂ ਨੇ 8-8 ਸਾਲ ਤੋਂ ਜਿਹੜੇ ਭਗੌੜੇ ਨੇ। ਜੇ ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ, ਉਹਨੇ ਕਿਹੜਾ ਬੰਬ ਛੱਡਤਾ ਸੀ ਅੰਮ੍ਰਿਤਪਾਲ ਨੇ? ਉਹਨੇ ਕਿੱਥੇ ਗੋਲੀ ਚਲਾ ਕੇ ਬੰਦੇ ਮਾਰਤੇ? ਕੀ ਕਰਤਾ ਅੰਮ੍ਰਿਤਪਾਲ ਨੇ? ਜੇ ਉਹਨੇ ਅੰਮ੍ਰਿਤ ਛਕਾਇਆ, ਨਸ਼ਿਆਂ ਦੀ ਦਲਦਲ ਚੋਂ ਨੌਜਵਾਨ ਕੱਢੇ, ਤਾਂ NSA ਲਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ, ਤੇ 1 ਮਹੀਨਾ ਭਾਈ ਅੰਮ੍ਰਿਤਪਾਲ ਸਿੰਘ ਰੂਪੋਸ ਰਿਹਾ ਹੈ। ਜਿੱਥੇ ਜਿੱਥੇ ਰੁਕਿਆ, ਜਿੱਥੇ ਜਿੱਥੇ ਗਿਆ, ਪੁਲਿਸ ਨੇ ਉੱਥੇ ਸਾਰੀ ਬੀਬੀਆਂ ਚੱਕੀਆਂ, ਸਾਰੀ ਨੌਜਵਾਨ ਫੜੇ, ਕੋਈ ਵੀ ਪਰਿਵਾਰ ਦਾ ਬੰਦਾ ਨਹੀਂ ਛੱਡਿਆ। ਮੈਂ ਹੁਣ ਪੁਲਿਸ ਨੂੰ ਕਹਿਣਾ ਚਾਹੁੰਦਾ, ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਸੰਦੀਪ ਬਰੇਟੇ ਦੇ ਪਰਿਵਾਰ ਨੂੰ ਕਦੋਂ ਫੜੋਗੇ? ਜਿਹੜੇ ਬੇਅਦਬੀ ਦੇ ਸਾਜ਼ਿਸ਼ ਘੜਦਾ ਨੇ ਉਹਨਾਂ ਦੇ ਪਰਿਵਾਰ ਕਦੋਂ ਚੱਕੋਗੇ? ਤੁਸੀਂ ਸਾਡੇ ਤੇ ਹੀ ਇਹ ਤਸ਼ੱਦਦ ਕਾਰਨਾਂ ਜਾਣਦੇ ਹੋ, ਸਾਨੂੰ ਬਰਾਬਰ ਦੇ ਹੱਕ ਨਹੀਂ ਦਿੱਤੇ ਜਾਂਦੇ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ, ਜੇ ਤੁਸੀਂ ਸਾਨੂੰ ਨਾਲ ਰੱਖਣਾ, ਸਾਨੂੰ ਬਰਾਬਰ ਦੇ ਹੱਕ ਦਿਓ। ਕਦੋਂ ਕਿਹੜੇ ਹਿਸਾਬ ਦੇ ਨਾਲ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਕਰੋਗੇ? ਦੱਸੋ ਕਿਹੜਾ ਤਰੀਕਾ ਅਪਣਾਇਆ ਜਾਵੇ? ਆਹ ਤਰੀਕਾ ਗਲਤ ਹੈ। ਅਸੀਂ ਸੰਵਿਧਾਨ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਇੱਥੇ ਪ੍ਰੋਟੈਸਟ ਕਰ ਰਹੇ ਹਾਂ, ਅਸੀਂ ਮੋਰਚਾ ਲਾਇਆ ਹੋਇਆ ਹੈ। ਤੇ ਸਰਕਾਰ ਦੱਸੇ ਵੀ ਹੁਣ ਅਸੀਂ ਕਿਹੜਾ ਰਾਹ ਬਣਾਈਏ? ਕਿਉਂ ਸਾਡੇ ਨਾਲ ਸਿੱਖ ਕੌਮ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ? ਕਿਉਂ ਸਾਨੂੰ ਤੰਗ ਕੀਤਾ ਜਾਂਦਾ? ਸਾਡੇ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਦਿੱਤਾ ਜਾਂਦਾ ਹੈ, ਸਾਡੇ ਪਰਿਵਾਰ ਚੱਕੇ ਜਾਂਦੇ ਨੇ, ਸਾਡੇ ਰਿਸ਼ਤੇਦਾਰ ਚੱਕ ਨਹੀਂ ਬਖਸ਼ੇ ਜਾਂਦੇ। ਜਿਹੜੇ ਸਾਜ਼ਿਸ਼ ਘੜਤਾ ਨੇ ਉਹਨਾਂ ਨੂੰ ਅਜੇ ਤੱਕ ਪੁਲਿਸ ਉਹਨਾਂ ਤੱਕ ਪਹੁੰਚ ਵੀ ਨਹੀਂ ਸਕੀ। ਉਹਨਾਂ ਦੇ ਪਰਿਵਾਰ ਫੜੋ, ਆਪੀ ਆ ਜਾਣਗੇ ਹੱਥ ਨੂੰ ਸਾਰੇ। ਚੱਕੋ ਉਹਨਾਂ ਦੇ ਪਰਿਵਾਰ, ਚੱਕੋ ਉਹਨਾਂ ਦੇ ਰਿਸ਼ਤੇਦਾਰ। ਕੀ ਗੱਲ, ਅਸੀਂ ਸਿੱਖੀ ਦੇ ਜਿਹਨਾਂ ਤੁਹਾਨੂੰ, ਸਾਡੇ ਪਰਿਵਾਰਾਂ ਦੇ ਉੱਤੇ ਤੁਸੀਂ ਸਿੱਧ ਦੁਕਾਨ ਜਾਣਦੇ ਹੋ? ਇਹ ਦੂਰੇ ਮਾਪਦੰਡ ਨਹੀਂ ਖਾਲਸਾ ਜੀ, ਹੋਰ ਕੀ ਗੱਲ ਹੈ? ਕਦੋਂ ਜਾਗਾਂਗੇ?